ਸਸਿਕਾਲ ਜੀ ਦੋਸਤੋ ਪੰਜਾਬ ਦੇ ਵਿੱਚ ਆਮ ਤੌਰ ਤੇ ਤੁਸੀਂ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਵੇਖੀਆਂ ਕਿ ਜਿੱਥੇ ਲੋਕ ਵੱਟਾਂ ਵੱਢੀ ਜਾਂਦੇ ਨੇ ਜਾਂ ਸਰਕਾਰੀ ਥਾਵਾਂ ਦੇ ਉੱਪਰ ਬਹੁਤ ਸਾਰੀਆਂ ਰੂੜੀਆਂ ਲਾਈਆਂ ਹੁੰਦੀਆਂ। ਪਰੰਤੂ ਪੰਜਾਬ ਦੀ ਇੱਕ ਅਜਿਹੀ ਇਹ ਪਹਿਲੀ ਵੀਡੀਓ ਵੇਖੀ ਆ ਵੱਡੇ ਦਿਲ ਤੇ ਫਰਾਕਦਰੀ ਵਾਲੇ ਲੋਕਾਂ ਦੀ, ਅਜਿਹੇ ਲੋਕਾਂ ਨੂੰ ਸਲੂਟ ਕਰਦਾ ਬਣਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਇੱਕ ਪਹਿਲ ਕੀਤੀ ਆ। ਕਿਉਂਕਿ ਜਿਹੜੀ ਜਗ੍ਹਾ ਹੁੰਦੀ ਆ, ਸਰਕਾਰੀ ਥਾਂ ਹੋਵੇ ਜਾਂ ਕੋਈ ਰਸਤਾ ਹੋਵੇ ਲੋਕਾਂ ਦਾ ਪਬਲਿਕ, ਉਹਦੇ ਬਾਰੇ ਵੀ ਮਹਾਂਪੁਰਸ਼ਾਂ ਨੇ ਵੀ ਹੋਰ ਵੀ ਜਿਹੜੇ ਚੰਗੇ ਸਾਧੂ ਸੰਤ ਆ ਜਾਂ ਵਿਦਵਾਨ ਲੋਕ ਆ ਉਹ ਕਹਿੰਦੇ ਆ ਵੀ ਇਦੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ ਜੇ ਅਸੀਂ ਕਿਸੇ ਰਸਤੇ ਨੂੰ ਸਾਫ਼ ਕਰਕੇ ਲੋਕਾਂ ਦੇ ਆਉਣ ਜਾਣ ਦੇ ਲਈ ਉਹਨੂੰ ਬਹਾਲ ਕਰ ਦਈਏ। ਆਹ ਵੀਡੀਓ ਜਿਹੜੀ ਪਿੰਡ ਮੱਲੇ ਦੀ ਆ, ਸਾਨੂੰ ਪ੍ਰੋਪਰ ਤੌਰ ਤੇ ਇਹਨਾਂ ਦੇ ਨਾਂ ਤਾਂ ਨਹੀਂ ਪਤਾ ਵੀ ਇਹ ਜ਼ਿਮੀਦਾਰ ਕੌਣ ਨੇ, ਪਰੰਤੂ ਇਹਨਾਂ ਦਾ ਕੀਤਾ ਜਿਹੜਾ ਕੰਮ ਆ ਉਹ ਸਿਰ ਚੜ ਕੇ ਬੋਲਦਾ। ਸਨਮੁੱਖ ਸਾਰਿਆਂ ਦੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਜਿਹੜੀ ਪਹਿਲਕਦਮੀ ਆ, ਇਸ ਤਰ੍ਹਾਂ ਜਿਹੜਾ ਉਪਰਾਲਾ, ਇਸ ਤਰ੍ਹਾਂ ਦੀ ਜਿਹੜੀ ਫਰਾਕ ਦੇ ਲਈ ਆ, ਕਿਉਂਕਿ ਵੱਡੇ ਦਿਲ ਕਰਕੇ ਅਜਿਹੇ ਕੰਮ ਹੁੰਦੇ ਆ। ਨਹੀਂ ਤਾਂ ਅਸੀਂ ਇੰਚਾਂ ਇੰਚਾਂ ਪਿੱਛੇ ਤਕਰੀਬਨ ਆਮ ਹੀ ਦੇਖਿਆ ਕਿ ਲੜੀ ਜਾਂਦੇ ਹਾਂ, ਲੜਾਈਆਂ ਪਾਈ ਜਾਂਦੇ ਹਾਂ, ਠੀਕ ਆ ਨਾ। ਜਿਹੇ ਲੋਕਾਂ ਨੂੰ ਸਲੂਟ ਕਰਦਾ ਬਣਦਾ, ਜਿਹੇ ਲੋਕਾਂ ਨੂੰ ਸਲਾਮ ਕਰਦਾ ਬਣਦਾ, ਜਿਨ੍ਹਾਂ ਨੇ ਦੇਖੋ ਨਾਲ ਦੀ ਨਾਲ ਇਹ ਕੋਸ਼ਿਸ਼ ਕੀਤੀ ਆ ਔਰ ਸਾਰੇ ਪੰਜਾਬ ਨੂੰ ਇਹ ਮੈਸੇਜ ਦੇਣ ਦੀ ਵੀ ਜਿਹੜੀ ਇਹਨਾਂ ਨੇ ਇਹ ਮਤਲਬ ਉਪਰਾਲਾ ਕੀਤਾ, ਜਾਂ ਅਸੀਂ ਆਪਦੇ ਵੀਡੀਓ ਦੇ ਰਾਹੀਂ ਇਹ ਮੈਸੇਜ ਲੋਕਾਂ ਤੱਕ ਕਨਵੇ ਕਰ ਰਹੇ ਹਾਂ ਕਿ ਕੋਸ਼ਿਸ਼ ਕਰੋ ਯਾਰ। ਉਹਦੇ ਕਹਿਣਾ ਕੋ ਵੀ ਜਿਵੇਂ ਸਿਆਣਿਆਂ ਨੇ ਕਿਹਾ ਵੀ ਉਵੇਂ ਅੱਜ ਮੈਂ ਸਮਝਦਾ ਕਿ ਸਾਡੇ ਇਸ ਵੀਡੀਓ ਨੂੰ ਵੇਖਣ ਵਾਲੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਦਰਸ਼ਕ ਆ, ਉਹਨਾਂ ਦੇ ਜਿਹੜੇ ਹੈਗੇ ਇਰਾਦੇ ਅਜਿਹੇ ਲੋਕਾਂ ਵਰਗੇ ਹੋਣੇ ਚਾਹੀਦੇ ਆ, ਕਿਉਂਕਿ ਇੱਥੇ ਲੈ ਕੇ ਤਾਂ ਕਿਸੇ ਨੇ ਕੁਛ ਨਹੀਂ ਜਾਣਾ। ਖਾਲੀ ਹੱਥ ਆਏ ਤੇ ਖਾਲੀ ਹੱਥ ਹੀ ਦੁਨੀਆਂ ਜਾਂਦੀ ਆ। ਸਿਕੰਦਰ ਵਰਗੇ ਵੀ ਜਦੋਂ ਗਏ ਆ ਦੁਨੀਆਂ ਤੋਂ ਖਾਲੀ ਹੱਥ ਹੀ ਗਏ ਆ, ਠੀਕ ਆ ਕਿ ਆਪਦਾ ਹੱਕ ਆ ਜਿਹੜਾ ਉਹ ਛੱਡਣਾ ਨਹੀਂ ਚਾਹੀਦਾ ਤੇ ਦੂਜੇ ਦਾ ਜਿਹੜਾ ਮਾਰਨਾ ਨਹੀਂ ਚਾਹੀਦਾ। ਪਰੰਤੂ ਕੋਸ਼ਿਸ਼ ਇਹ ਕਰੋ ਕਿ ਆਪਸੀ ਭਾਈਚਾਰਾ, ਪਿਆਰ ਤੇ ਲੋਕਾਂ ਦੇ ਲੰਘਣ ਵਾਲੇ ਜਿਹੜੇ ਰਸਤੇ ਆ ਉਹ ਜ਼ਰੂਰ ਤਕਰੀਬਨ ਸਾਫ਼ ਸੁਥਰੇ ਹੋਣ। ਜਿਹੇ ਲੋਕਾਂ ਦੀ ਜਿਹੜੀ ਹਿੰਮਤ ਆ, ਜਿਹੇ ਲੋਕਾਂ ਵਰਗੇ ਜਿਹੜੇ ਕੰਮ ਆ, ਅੱਜ ਸਾਡੇ ਪੰਜਾਬ ਨੂੰ ਲੋੜ ਆ, ਅੱਜ ਸਾਡੀ ਪੰਜਾਬੀਅਤ ਨੂੰ ਲੋੜ ਆ ਕਿ ਜਿਹੇ ਚੰਗੇ ਲੋਕਾਂ ਦੀ ਜਿਹੜੀ ਅਸੀਂ ਨਕਲ ਕਰੀਏ ਤਾਂ ਕਿ ਪੰਜਾਬ ਹਮੇਸ਼ਾ ਹੀ ਜਿਹੜਾ ਗੁਰਾਂ ਦੇ ਨਾਂ ਤੇ ਵਸਦਾ, ਫਰਾਕ ਦਿਲ ਤੇ ਖੁੱਲੇ ਦਿਲਾਂ ਵਾਲੇ ਲੋਕਾਂ ਦੇ ਨਾਂ ਤੇ ਵਸਦਾ। ਜਿਹੇ ਲੋਕਾਂ ਨੂੰ ਫਿਰ ਅਖੀਰ ਦੇ ਵਿੱਚ ਅਸੀਂ ਸਲਾਮ ਕਰਦੇ ਹਾਂ ਤੇ ਵੱਧ ਤੋਂ ਵੱਧ ਸਾਡੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਅਜੇ ਝੋਨਾ ਲੱਗਣ ਦੇ ਵਿੱਚ 10-15 ਜਿਹੜੇ ਦਿਨ ਪਏ ਆ, ਜੇਕਰ ਚਾਹੀਏ ਤਾਂ ਪੰਜਾਬ ਦੇ ਬਹੁਤ ਸਾਰੀਆਂ ਜਿਹੜੀਆਂ ਜਗ੍ਹਾ, ਬਹੁਤ ਸਾਰੇ ਜਿਹੜੇ ਥਾਂ ਹੈ ਉਹ ਇਸ ਤਰ੍ਹਾਂ ਦੇ ਬਣ ਸਕਦੇ ਆ। ਅਖੀਰ ਦੇ ਵਿੱਚ ਜਿਹੇ ਲੋਕਾਂ ਨੂੰ ਫਿਰ ਇੱਕ ਵਾਰੀ ਦੇਵੋ ਸੂਟ ਸਲਾਮ ਆ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰੋ ਸਾਡੇ ਨਾਲ ਜੋ